ਘਰੇ ਕੋਈ ਕਲੇਸ਼ ਕਲੂਸ਼ ਹੀ ਪਿਆ ਜੀ ਇਹਨਾਂ ਨਾਲ। ਇਹ ਪਹਿਲਾਂ ਵੀ ਮਾਰਨ ਦੇ ਹੁੰਦੇ ਸੀ, ਮੇਰੇ ਨਾਨੀ ਜੀ ਪਹਿਲਾਂ ਵੀ ਇੱਕ ਵਾਰੀ ਆਏ ਸੀ, ਇਹਨਾਂ ਫਾਹ ਦਿੱਤਾ ਹੋਇਆ ਸੀ, ਮੇਰੇ ਨਾਨੀ ਇਹਨਾਂ ਨੇ ਛਡਾਇਆ ਸੀ, ਇਹਨਾਂ ਨੂੰ ਫਾਹ ਦਿੱਤਾ ਹੋਇਆ ਸੀ ਗਲੇ 'ਚ। ਕੌਣ ਮਾਰਨਾ ਚਾਹੁੰਦੇ ਸੀ? ਇਹਨੇ ਇਹਨਾਂ ਦੇ ਬੇਟਾ ਧਰਮਿੰਦਰ, ਇੱਕ ਕੁੜੀ ਇਹਨਾਂ ਦੀ ਬੱਬੂ, ਤੇ ਜਿਹੜੀ ਮਾਮੀ ਸਾਡੀ ਗੁਰਜੀਤ। ਸਾਰਿਆਂ ਨੂੰ ਨਾਨਕਾ ਨਾਨਕੇ, ਜਿੰਨੇ ਦੋਵੇਂ ਮਾਮੇ ਵੀ ਇਨਵੋਲਵ ਨੇ ਸਾਰੇ, ਤੇ ਸਾਰਾ ਲਾਣਾ ਬਣਾ ਸਾਰਿਆਂ ਇਨਵੋਲਵ, ਸਾਰਿਆਂ ਨੇ ਮਾਰ ਕੇ ਸਭਰਾਵਾਂ ਤੋਂ ਲਿਆ ਕੇ ਉੱਥੋਂ ਲਿਆ ਕੇ ਉੱਥੋਂ ਜਾ ਕੇ ਇਹਨਾਂ ਨੇ ਸੱਟਿਆ ਜਾ ਕੇ ਦਰਿਆ ਦੇ। ਇਹਨਾਂ ਦੇ ਘਰ ਦੇ ਕਹਿ ਰਹੇ ਸੀ ਸਾਡਾ ਪਰਿਵਾਰਕ ਮੈਂਬਰ ਚਲਾ ਗਿਆ ਹੋਇਆ, ਹਾਲੇ ਤੱਕ ਲੱਭਾ ਨਹੀਂ ਹੈਗਾ। ਅੱਜ ਸਾਡੇ SHO ਸਦਰ ਨੇ ਥੋੜ੍ਹਾ ਜਿਹਾ ਪੁੱਛਗਿੱਛ ਕੀਤੀ ਤਰੀਕੇ ਨਾਲ, ਅਤੇ ਥੋੜ੍ਹਾ ਜਿਹਾ ਸਾਨੂੰ ਕਲਿਊ ਮਿਲਿਆ। ਅਸੀਂ ਬਾਅਦ 'ਚੋਂ ਘਰਦਿਆਂ ਨੂੰ ਲੈ ਕੇ ਇੱਥੇ ਆਏ ਹਾਂ। ਇੱਥੇ ਆ ਕੇ ਜਦੋਂ ਦੇਖਿਆ ਸਾਨੂੰ, ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ, ਡੈੱਡ ਬੋਡੀ ਰਿਕਵਰ ਹੋਈ ਹੈ। ਕੋਈ ਕਾਰਨਾਂ ਦਾ ਪਤਾ ਕਾਹਤੋਂ ਮਾਰਨਾ ਚਾਹੁੰਦੇ? ਬਸ ਇਹੀ ਕੰਜਰ ਕਲੇਸ਼ ਕਿ ਸਾਡੇ ਹੱਥ ਸਾਰਾ ਕੁਛ ਆ ਜਾਏ, ਜੋ ਵੀ ਸਾਡਾ ਸਾਡਾ ਹੀ ਹੋ ਜਾਏ, ਕਿ ਸਾਡੇ ਨਾਲ ਲੜਦਾ ਫਲਾਣਾ ਢਮਕਾਨਾ, ਮਾੜੀ ਮੋਟੀ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪੈਂਦੀ ਹੈ ਨਾ ਕਰੇ। ਰਿਟਾਇਰਮੈਂਟ ਫੌਜੀ ਸੀ, ਜੀਓ ਜੀ 'ਚ ਕੰਮ ਕਰਦੇ ਸੀ, ਘਰ 'ਚ ਨਾ ਲਈ ਲੜਿਆ, ਦੋ ਤੋਂ ਬਾਅਦ ਆਉਂਦਾ ਉੱਥੇ ਹੀ ਮਾਤਾ ਨੇ ਕਰੇ। ਕਿੰਨੇ ਮਾਰਿਆ ਜੀ? ਇੱਕ ਘਰ ਦੀ ਅਤੇ ਨਾਲ ਦੂਜਾ ਮੁੰਡਾ। ਮੇਰਾ ਨਾਮ ਸੁਖਰਾਜ ਹੈ। ਤੇ ਵੀਰੇ, ਜਿਹੜੀ ਦਰਿਆ ਤੋਂ ਲਾਸ਼ ਲੱਭੀ ਹੈ, ਕੌਣ ਨੇ ਵਿਅਕਤੀ ਤੁਹਾਡੇ? ਇਹ ਮੇਰੇ ਮਾਮਾ ਜੀ ਨੇ ਜੀ। ਅਤੇ ਕੀ ਗੱਲ ਹੋਈ ਹੈ ਜੀ? ਇਹ ਘਰੇ ਕੋਈ ਕਲੇਸ਼ ਕਲੂਸ਼ ਹੀ ਪਿਆ ਜੀ ਇਹਨਾਂ ਨਾਲ। ਇਹ ਪਹਿਲਾਂ ਵੀ ਮਾਰਨ ਦੇ ਹੁੰਦੇ ਸੀ, ਮੇਰੇ ਨਾਨੀ ਜੀ ਪਹਿਲਾਂ ਵੀ ਇੱਕ ਵਾਰੀ ਆਏ ਸੀ, ਇਹਨਾਂ ਫਾਹ ਦਿੱਤਾ ਹੋਇਆ ਸੀ, ਮੇਰੇ ਨਾਨੀ ਇਹਨਾਂ ਨੇ ਛਡਾਇਆ ਸੀ, ਇਹਨਾਂ ਨੂੰ ਫਾਹ ਦਿੱਤਾ ਹੋਇਆ ਸੀ ਗਲੇ 'ਚ। ਕੌਣ ਮਾਰਨਾ ਚਾਹੁੰਦੇ ਸੀ? ਇਹਨੇ ਇਹਨਾਂ ਦੇ ਬੇਟਾ ਧਰਮਿੰਦਰ, ਇੱਕ ਕੁੜੀ ਇਹਨਾਂ ਦੀ ਬੱਬੂ, ਅਤੇ ਜਿਹੜੀ ਮਾਮੀ ਸਾਡੀ ਗੁਰਜੀਤ। ਕੋਈ ਕਾਰਨਾਂ ਦਾ ਪਤਾ ਕਾਹਤੋਂ ਮਾਰਨਾ ਚਾਹੁੰਦੇ? ਬਸ ਇਹੀ ਕੰਜਰ ਕਲੇਸ਼ ਕਿ ਸਾਡੇ ਹੱਥ ਸਾਰਾ ਕੁਛ ਆ ਜਾਏ, ਜੋ ਵੀ ਸਾਡਾ ਸਾਡਾ ਹੀ ਹੋ ਜਾਏ, ਕਿ ਸਾਡੇ ਨਾਲ ਲੜਦਾ ਫਲਾਣਾ ਢਮਕਾਨਾ, ਮਾੜੀ ਮੋਟੀ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਪੈਂਦੀ ਹੈ ਨਾ ਕਰੇ। ਇਹ ਸਾਬਕਾ ਫੌਜੀ ਵੀ ਸੀ? ਹਾਂਜੀ, ਰਿਟਾਇਰਮੈਂਟ ਫੌਜੀ ਸੀ, ਜੀਓ ਜੀ 'ਚ ਕੰਮ ਕਰਦੇ। ਅਤੇ ਹੁਣ ਕਿਸ ਤਰ੍ਹਾਂ ਦੀ ਲਾਸ਼ ਕਿਸ ਤਰ੍ਹਾਂ ਦੀ ਮਿਲੀ ਹੈ ਤੁਹਾਨੂੰ? ਮਾਰ ਮੂਰ ਕੇ ਖੁਰਦਪੁਰ ਦੇ ਕੀਤਾ ਤਾਂ ਲਾਸ਼ ਹੁਣ ਨਾਲ ਇੱਕ ਨਾਲ ਇਹਨਾਂ ਦੇ ਮਾਮਾ ਜੀ, ਜਿੱਥੋਂ ਤੱਕ ਸਾਨੂੰ ਹੁਣ ਮੈਂ ਤਾਂ ਹੁਣ ਆਇਆ, ਜਿੱਥੋਂ ਤੱਕ ਸਾਨੂੰ ਇਹ ਮਾਮੇ ਵੀ ਨਾਲ ਨੇ, ਨਾਲ ਮਾਮੇ ਦਾ ਮੁੰਡਾ ਵੀ ਹਰਪ੍ਰੀਤ ਮੁੰਡੇ ਦਾ ਨਾਂ ਹੈ, ਉਹ ਵੀ ਨਾਲ ਇਨਵੋਲਵ ਹੈ। ਸਾਰਿਆਂ ਨਾਲ ਨਾਨਕਾ ਨਾਨਕੇ, ਜਿੰਨੇ ਦੋਵੇਂ ਮਾਮੇ ਵੀ ਇਨਵੋਲਵ ਨੇ ਸਾਰੇ, ਅਤੇ ਸਾਰਾ ਲਾਣਾ ਬਣਾ ਸਾਰੇ ਇਨਵੋਲਵ, ਸਾਰਿਆਂ ਨੇ ਮਾਰ ਕੇ ਸਭਰਾਵਾਂ ਤੋਂ ਲਿਆ ਕੇ, ਇਹ ਉੱਤੋਂ ਕੋਟ ਬੁੱਢਾ ਰੋਡ ਥਾਣੀ ਸਭਰਾਵਾਂ ਤੋਂ ਲਿਆ ਕੇ, ਸਭਰਾਵਾਂ ਪਿੰਡ ਨਾਲ ਲੱਗਦਾ ਦਰਿਆ ਦੇ, ਉੱਥੋਂ ਲਿਆ ਕੇ ਉੱਥੋਂ ਜਾ ਕੇ ਇਹਨਾਂ ਨੇ ਸੱਟਿਆ ਜਾ ਕੇ ਦਰਿਆ ਦੇ। ਕੀ ਮੰਗ ਕਰਦੇ ਹੁਣ ਪੁਲਿਸ ਪ੍ਰਸ਼ਾਸਨ? ਪੂਰੀ ਮੰਗ ਕਰਦੇ ਕਿ ਚੰਗੀ ਤਰ੍ਹਾਂ ਕਾਰਵਾਈ ਹੋਵੇ, ਕਾਨੂੰਨੀ ਕਰੇ, ਹੁਣ ਸਾਹ ਮਿਲੇ ਉਸ ਬੰਦੇ ਨੂੰ, ਕਿ ਨਿਆਂ ਪਸੰਦ ਇਨਸਾਨ ਸੀ ਪਿੰਡ ਦਾ, ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਸਾਬਕਾ ਫੌਜੀ ਸੀ, ਆਰਮੀ ਮੈਨ ਬੰਦਾ, ਇਨਸਾਫ ਜ਼ਰੂਰ ਚਾਹੀਦਾ। ਪੁਲਿਸ ਨੇ ਕੋਈ ਬੰਦਾ ਵੀ ਗ੍ਰਿਫਤਾਰ ਕੀਤਾ ਕਿ ਨਹੀਂ? ਜਿਨ੍ਹਾਂ ਨੇ ਕੀਤੀ ਕਾਰਵਾਈ, ਹਜੇ ਕੋਈ ਤਿੰਨ ਫਿਲਹਾਲ ਜਿਨ੍ਹਾਂ ਸ਼ੱਕ ਸੀ ਜਿਹੜੇ ਕਰਦੇ, ਉਹਨਾਂ ਨੂੰ ਤੇ ਰੱਦ ਲਿਆ ਹੋ ਜਾਂਦਾ। ਜਿਹੜੀ ਵਿਅਕਤੀ ਦੀ ਮੌਤ ਹੋਈ, ਕੌਣ ਨੇ, ਕੀ ਲੱਗਦੇ ਤੁਹਾਡੇ? ਕੀ ਨਾ ਕੀ ਨਾ ਪ੍ਰਤਾਪ ਸਿੰਘ? ਤੇ ਕੀ ਗੱਲ ਹੋਈ ਆ ਜਿਹੜੀ ਦਰਿਆ ਤੋਂ ਲਾਸ਼ ਲੱਭੀ ਆ ਜੀ, ਕੀ ਗੱਲ? ਦਰਿਆ ਹੋਈ ਵੀ ਆਪ 'ਚ ਘਰ 'ਚ ਨਾ ਲਈ ਲੜਿਆ, ਦੋ ਤੋਂ ਬਾਅਦ ਆਉਂਦਾ ਉੱਥੇ ਮਾਤਾ ਨੇ ਕਰੇ। ਕਿੰਨੇ ਮਾਰਿਆ ਜੀ? ਇਹਦੇ ਮਾਂ ਕੁੜੀ ਘਰ ਦੀ ਇੱਕ ਘਰ ਦੀ ਅਤੇ ਨਾਲ ਦੂਜਾ ਮੁੰਡਾ। ਇੰਨੇ ਮੁੰਡੇ ਦਾ ਕੀ ਨਾਂ ਹੈ ਜਿਹਨੇ ਮਾਰਿਆ? ਧਰਮਿੰਦਰ। ਕੁੜੀ ਸਕੀ ਕੁੜੀ ਇਹਦੇ ਕੀ ਨਾਂ? ਇਹਦਾ ਇਹਦਾ ਨਾਂ ਹੈਗਾ ਬੱਬੂ। ਕੀ ਨਾਂ ਦਾ ਯਾਰ? ਬੱਬੂ। ਤੇ ਲਾਸ਼ ਹੁਣ, ਲਾਸ਼ ਦਾ ਕਿਰੇ ਕਿੰਨੇ ਦਿਨਾਂ ਤੋਂ ਲਾਪਤਾ ਸੀ? 8 ਤਰੀਕ ਚੰਨਵੇ ਦੀ ਗੁਰਦਪੁਰ ਦੀ 8 ਤਰੀਕ ਚੰਨਵੇ ਦੀ ਇਹਦਾ ਨਾਮ ਪ੍ਰਤਾਪ ਸਿੰਘ ਸੀਗਾ। ਸਾਡੇ ਕੋਲ 4 ਕੁ ਦਿਨ ਪਹਿਲਾਂ ਇੱਕ ਗੁਰਸੱਜੀ ਦੀ ਰਿਪੋਰਟ ਆਈ ਸੀਗੀ ਥਾਣੇ, ਅਤੇ ਇਹਨਾਂ ਦੇ ਘਰ ਦੇ ਕਹਿ ਰਹੇ ਸੀ ਸਾਡਾ ਪਰਿਵਾਰਕ ਮੈਂਬਰ ਚਲਾ ਗਿਆ ਹੋਇਆ, ਹਾਲੇ ਤੱਕ ਲੱਭਾ ਨਹੀਂ ਹੈਗਾ। ਅਸੀਂ ਗੁਰਸੱਜੀ ਦੱਸ ਕੇ ਅਤੇ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਅੱਜ ਸਾਡੇ SHO ਸਦਰ ਨੇ ਥੋੜ੍ਹਾ ਜਿਹਾ ਪੁੱਛਗਿੱਛ ਕੀਤੀ ਤਰੀਕੇ ਨਾਲ, ਅਤੇ ਥੋੜ੍ਹਾ ਜਿਹਾ ਸਾਨੂੰ ਕਲਿਊ ਮਿਲਿਆ। ਅਸੀਂ ਬਾਅਦ 'ਚੋਂ ਘਰਦਿਆਂ ਨੂੰ ਲੈ ਕੇ ਇੱਥੇ ਆਏ ਹਾਂ। ਇੱਥੇ ਆ ਕੇ ਜਦੋਂ ਦੇਖਿਆ ਸਾਨੂੰ, ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ, ਡੈੱਡ ਬੋਡੀ ਰਿਕਵਰ ਹੋਈ ਆ, ਅਤੇ ਹੁਣ ਘਰਦਿਆਂ ਦਾ ਹੀ ਇਨਵੋਲਵਮੈਂਟ। ਇਹ ਕਿੰਨੇ ਮਾਰਿਆ ਜੀ ਇਹਨਾਂ ਨੂੰ? ਇਹ ਘਰਦਿਆਂ ਦੇ ਵਿੱਚ ਦੀ ਆ, ਬਾਕੀ ਕਰਦੇ ਆ ਸਾਡੇ। ਬੇਟੇ ਦਾ ਕੀ ਨਾਂ ਸੀਗਾ ਜੀ? ਬੇਟੇ ਦਾ ਨਾਮ, ਬੇਟੇ ਦਾ ਨਾਮ ਕੀ ਸੀ? ਸੁਰਿੰਦਰ ਸਿੰਘ। ਸੁਰਿੰਦਰ ਸਿੰਘ, ਉਹਨਾਂ ਵੱਲੋਂ ਸ਼ਨਾਖਤ ਕਰਾਈ ਗਈ ਹੈ ਜੀ? ਹਾਂਜੀ ਹਾਂਜੀ ਹਾਂਜੀ, ਸ਼ਨਾਖਤ। ਇਹਦਾ ਮੋਬਾਈਲ ਇੱਕ ਮਿਲ ਗਿਆ ਸਾਨੂੰ ਇੱਥੇ। ਇਹ ਕਿਹੜੇ ਪਿੰਡ ਤੋਂ ਹੈ ਵਿਅਕਤੀ? ਕਿਹੜੇ? ਪੰਗਾਣੇ ਤੋਂ। ਪੰਗਾਣੇ ਤੋਂ? ਹਾਂਜੀ ਹਾਂਜੀ।